ਰਾਹੁਲ ਗਾਂਧੀ ਦੀ ਗਵਾਈ ਵਿੱਚ ਕੀਤੀ ਜਾ ਰਹੀ ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਅੱਜ ਸਵੇਰੇ ਦੱਖਣ ਭਾਰਤੀ ਸੂਬੇ ਤਿਲੰਗਾਨਾ ਵਿੱਚ ਦਾਖਲ ਹੋ ਗਈ ਹੈ। ਵਿਰੋਧੀ ਧਿਰ ਦਾ ਮਾਰਚ ਸੂਬੇ ਦੇ ਮਹਿਬੂਬਨਗਰ ਜ਼ਿਲ੍ਹੇ ਤੋਂ ਯਾਤਰਾ ਦੇ ਅਗਲੇ ਗੇੜ ਦਾ ਆਰੰਭ ਕਰ ਰਿਹਾ ਹੈ। ਰਾਹੁਲ ਗਾਂਧੀ ਦੇ ਸਵਾਗਤ ਲਈ ਤਿਲੰਗਾਨਾ ਵਿੱਚ ਕਾਂਗਰਸ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਸਨ। ਯਾਤਰਾ ਕਰਨਾਟਕ ਤੋਂ ਤਿਲੰਗਾਨਾ ਵਿੱਚ ਦਾਖਲ ਹੋਈ ਹੈ। ਉੱਥੇ ਸਵੇਰ ਦੇ ਖਾਣੇ ਤੋਂ ਬਾਅਦ ਯਾਤਰਾ 3 ਦਿਨ ਲਈ ਦੀਵਾਲੀ ਹੋਣ ਕਾਰਨ ਹੁਣ ਰੁਕੇਗੀ। ਅਤੇ 27 ਅਕਤੂਬਰ ਨੂੰ ਇਹ ਦੁਬਾਰਾ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 16 ਦਿਨਾਂ ਤੱਕ ਇਹ ਭਾਰਤ ਜੋੜੋ ਯਾਤਰਾ ਤੇਲੰਗਾਨਾ ਸੂਬੇ ਵਿੱਚੋਂ ਲੰਗੇਗੀ ਅਤੇ 19 ਵਿਧਾਨ ਸਭਾ ਹਲਕਿਆਂ ਅਤੇ 7 ਲੋਕ ਸਭਾ ਹਲਕਿਆਂ ਵਿੱਚੋਂ ਗੁਜ਼ਰੇਗੀ। ਰਾਹੁਲ ਗਾਂਧੀ ਹਰ ਦਿਨ 20 ਤੋਂ 25 ਕਿਲੋਮੀਟਰ ਤੱਕ ਪੈਦਲ ਤੁਰਨਗੇ ਅਤੇ ਨਾਲ-ਨਾਲ ਕੁਝ ਮੀਟਿੰਗਾਂ ਵੀ ਕਰਨਗੇ। ਇਸ ਦੌਰਾਨ ਉੱਥੇ ਵੱਖ-ਵੱਖ ਪਾਈ ਜਾ ਰਹੇ ਦੇ ਆਗੂਆਂ, ਸਿਆਸਤਦਾਨਾਂ, ਖਿਡਾਰੀਆਂ, ਕਾਰੋਬਾਰੀਆਂ ਸਿਨੇਮਾ ਜਗਤ ਦੀਆਂ ਹਸਤੀਆਂ ਤੇ ਬੁੱਧੀਜੀਵੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਇਸ ਤਰ੍ਹਾਂ ਭਾਰਤ ਜੁਰੋ ਯਾਤਰਾ ਹੁਣ ਲਗਾਤਾਰ ਅੱਗੇ ਵਧਦੀ ਹੋਈ ਤੇਲੰਗਾਨਾ ਸੂਬੇ ਵਿੱਚੋਂ ਦੀ ਹੁੰਦੀ ਹੋਈ ਅਗਲੇ ਪੜਾਅ ਦੀ ਤਿਆਰੀ ਕਰ ਰਹੀ ਹੈ